ਸਰਦਾਰ ਸਿੰਘ ਢੀਂਡਸਾ ਤਾਂ ਦਿਲੋਂ ਅਸਤੀਫਾ ਦੇਣਾ ਨਹੀਂ ਸੀ ਚਾਹੁੰਦਾ, ਉਹ ਤਾਂ ਬੜੀ ਦੇਰ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਸੀ। ਅੱਜ ਉਹਨਾਂ ਦੇ ਪਿਤਾ ਜੀ ਨੇ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਅਸਤੀਫਾ ਦਵਾਤਾ। ਬੰਦੇ ਬੜੇ ਗਏ ਨੇ, ਬੜੇ ਆਏ ਨੇ, ਇਹ ਤਾਂ ਆਉਂਦੀ ਜਾਂਦੀ ਚੀਜ਼ਾਂ ਨੇ, ਇਹਦੇ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇੱਕ ਮੈਸੇਜ ਆ ਰਿਹਾ ਲੋਕਾਂ ਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਵਰਕਰ ਨੂੰ ਮਾਰ ਦਿੱਤਾ। ਮੈਂ ਕੋਈ ਲੀਡਰ ਨਹੀਂ, ਨਾ ਮੇਰਾ ਪਿਓ ਕੋਈ MLA ਸੀ, ਨਾ ਮੇਰਾ ਕੋਈ ਦਾਦਾ ਕੋਈ MLA ਸੀ, ਇੱਕ ਸਧਾਰਨ ਵਰਕਰ ਦੇ ਤੌਰ ਦੇ ਉੱਤੇ ਮੈਂ ਵਿਚਰ ਰਿਹਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਨੇਤਾ ਦੇ ਤੌਰ 'ਤੇ ਸ਼ਰਨਜੀਤ ਢਿੱਲੋਂ ਦੀ ਨਿਯੁਕਤੀ ਕੀਤੀ ਗਈ ਹੈ, ਕਿਉਂਕਿ ਪਰਮਿੰਦਰ ਢੀਂਡਸਾ ਦੀ ਅਸਤੀਫੇ ਤੋਂ ਬਾਅਦ ਹੁਣ ਵਿਧਾਨ ਸਭਾ ਦੇ ਵਿੱਚ ਸਰਕਾਰ ਦੇ ਕਾਰਗੁਜ਼ਾਰੀ ਨੂੰ ਲੈ ਕੇ ਘੇਰਨਗੇ ਸ਼ਰਨਜੀਤ ਢਿੱਲੋਂ। ਸਾਡੇ ਨਾਲ ਮੌਜੂਦ ਨੇ ਸ਼ਰਨਜੀਤ ਢਿੱਲੋਂ ਜੀ। ਢਿੱਲੋਂ ਸਾਹਿਬ, ਪਾਰਟੀ ਵੱਲੋਂ ਤੁਹਾਨੂੰ ਵਿਧਾਨ ਸਭਾ 'ਚ ਨੇਤਾ ਦੇ ਤੌਰ 'ਤੇ ਨਿਯੁਕਤੀ ਕੀਤੀ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਹੁਣ ਜ਼ਿੰਮੇਵਾਰੀ ਹੋਰ ਬਹੁਤ ਵੱਧ ਗਈ ਹੈ? ਮੈਂ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਅਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਅਤੇ ਸਾਰੇ MLA ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰੇ 'ਤੇ ਇੱਡਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ। ਜਿਸ ਤਰ੍ਹਾਂ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਹੋ, ਅਸੀਂ ਦੱਬ ਕੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਅਤੇ ਤਨਦੇਹੀ ਨਾਲ ਨਿਭਾਵਾਂਗੇ। ਮੈਂ ਤਾਂ ਇੱਕ ਸਧਾਰਨ ਵਰਕਰ ਦੇ ਤੌਰ ਦੇ ਉੱਤੇ ਆਪਣੀ ਸਿਆਸਤ ਸ਼ੁਰੂ ਕੀਤੀ ਅਤੇ ਅੱਜ ਵੀ ਮੈਂ ਸਧਾਰਨ ਵਰਕਰ ਦੇ ਤੌਰ ਦੇ ਉੱਤੇ ਵਿਚਰ ਰਿਹਾ। ਔਰ ਮੈਂ ਸਮਝਦਾ, ਇੱਕ ਮੈਸੇਜ ਆ ਰਿਹਾ ਲੋਕਾਂ ਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਵਰਕਰ ਨੂੰ ਮਾਰ ਦਿੱਤਾ। ਮੈਂ ਕੋਈ ਲੀਡਰ ਨਹੀਂ, ਨਾ ਮੇਰਾ ਪਿਓ ਕੋਈ MLA ਸੀ, ਨਾ ਮੇਰਾ ਕੋਈ ਦਾਦਾ ਕੋਈ MLA ਸੀ, ਇੱਕ ਸਧਾਰਨ ਵਰਕਰ ਦੇ ਤੌਰ ਦੇ ਉੱਤੇ ਮੈਂ ਵਿਚਰ ਰਿਹਾ। ਔਰ ਮੈਂ ਵਿਧਾਨ ਸਭਾ ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿਹੜੇ ਵੀ ਇਸ ਮੌਕੇ ਪੰਜਾਬ ਦੇ ਮੁੱਦੇ ਨੇ, ਇਹਨਾਂ ਨੂੰ ਅਸੀਂ ਦੱਬ ਕੇ ਉਠਾਵਾਂਗੇ। ਜਿਵੇਂ ਅੱਜ ਸਾਰੇ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਚੀਜ਼ ਨਹੀਂ ਕੋਈ, ਸ਼ਰੇਆਮ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਕਤਲ ਹੋ ਰਹੇ ਨੇ, ਸ਼ਰੇਆਮ ਨਸ਼ੇ ਵਿਕ ਰਹੇ ਨੇ, ਜੇਲ੍ਹਾਂ ਦੇ ਵਿੱਚੋਂ ਭਾਂਤ ਭਾਂਤ ਦੀਆਂ ਉੱਥੇ ਚੀਜ਼ਾਂ ਫੜੀਆਂ ਜਾ ਰਹੀਆਂ ਨੇ, ਡਿਵੈਲਪਮੈਂਟ ਲਾਉਂਦੀ ਕੋਈ ਚੀਜ਼ ਨਹੀਂ ਹੈ, ਨਸ਼ਾ ਦੱਬ ਕੇ ਪੰਜਾਬ 'ਚ ਵੱਧ ਗਿਆ। ਅੱਗੇ ਤਾਂ ਸ਼ਰਾਬ ਦੀਆਂ ਪੇਟੀਆਂ ਵਿਕਦੀਆਂ ਸੀ ਜਾਂ ਬੋਤਲ ਵਿਕਦੀ ਸੀ, ਹੁਣ ਤਾਂ ਛੋਟੇ ਛੋਟੇ ਪਾਊਚ ਵਿਕ ਰਹੇ ਨੇ, ਜਿਹੜੇ ਕੋਈ 5 ਰੁਪਏ ਦਾ ਜਾਂ 10 ਰੁਪਏ ਦਾ ਜਿਹੋ ਜਿਹਾ ਗਾਹਕ ਆ ਉਨੇ ਪੈਸੇ ਦਾ ਉਹ ਪਾਊਚ ਵੇਚਦੇ ਨੇ। ਜਿਹੜੀ ਡਿਵੈਲਪਮੈਂਟ ਅੱਜ ਤੁਸੀਂ ਪੰਜਾਬ ਦੀ ਦੇਖ ਰਹੇ ਹੋ, ਇਹ ਵੀ ਜਿਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਮੌਕੇ ਦੀ ਡਿਵੈਲਪਮੈਂਟ ਆ। ਇਹਨਾਂ ਨੇ ਇੱਕ ਵੀ ਨਵਾਂ ਕੋਈ ਕੰਮ ਇਹਨਾਂ ਨੇ ਸ਼ੁਰੂ ਨਹੀਂ ਕੀਤਾ, ਬਲਕਿ ਇੱਥੋਂ ਤੱਕ ਆ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਰੋਜ਼ਾਨਾ ਭੱਜ ਭੱਜ ਕੇ ਪੰਜਾਬ 'ਚ ਬਾਹਰਲੇ ਸੂਬਿਆਂ ਨੂੰ ਜਾ ਰਹੀ ਆ, ਕਿਉਂਕਿ ਬਿਜਲੀ ਬਹੁਤ ਮਹਿੰਗੀ ਕਰਤੀ, ਇੰਨੀ ਜ਼ਿਆਦਾ ਬਿਜਲੀ ਮਹਿੰਗੀ ਕਰਤੀ, ਨਾ ਘਰਾਂ ਵਾਲੇ ਬਿਜਲੀ ਦਾ ਬਿੱਲ ਦੇਣ ਨੂੰ ਵਿਚਾਰੇ ਇਸ ਮੌਕੇ ਮਜਬੂਰ ਹੋਏ ਬੈਠੇ ਨੇ, ਅਤੇ ਨਾ ਇੰਡਸਟਰੀ ਬਿਜਲੀ। ਸਰਕਾਰ ਦੀ ਕਾਰਗੁਜ਼ਾਰੀ ਨੂੰ ਘੇਰਨ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ, ਕਿ ਵਿਧਾਨ ਸਭਾ ਦੇ ਵਿੱਚ ਅਤੇ ਵਿਧਾਨ ਸਭਾ ਤੋਂ ਬਾਅਦ ਤੁਸੀਂ ਸਰਕਾਰ ਦੀ ਜੋ 300 ਦੀ ਪਰਫੋਰਮੈਂਸ ਹੈ ਉਸ ਨੂੰ ਲੈ ਕੇ ਉਹਨਾਂ ਦੇ ਆਪਣਾ ਅੱਗੇ ਸਟ੍ਰੈਟਜੀ ਬਣਾਓਗੇ, ਕਿਸ ਤਰ੍ਹਾਂ ਲੱਗਦਾ ਕਿ ਸਰਕਾਰ ਵੱਲੋਂ ਨਸ਼ਿਆਂ ਦੀ ਤੁਸੀਂ ਗੱਲ ਕੀਤੀ ਹੈ, ਸਰਕਾਰ ਵੱਲੋਂ ਨਸ਼ਾ ਵਿਰੋਧੀ ਇੱਕ ਮੈਨੀਫੈਸਟੋ ਤੋਂ ਵਿੱਚ ਵੀ ਗੱਲਾਂ ਕੀਤੀਆਂ ਗਈਆਂ ਅਤੇ ਸਹੁੰ ਵੀ ਖਾਧੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ 'ਤੇ ਫੜ ਕੇ ਕਿ ਨਸ਼ੇ ਦਾ ਖਾਤਮਾ ਕਰਾਂਗੇ, ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਦਾ ਰੂਪ ਹੀ ਬਦਲ ਗਿਆ, ਛੋਟੇ ਛੋਟੇ ਪਾਊਚ ਆ, ਸ਼ਰਾਬ ਵਿਕ ਰਹੀ ਆ, ਹੋਰ ਨਸ਼ੇ ਵਿਕ ਰਹੇ ਆ, ਕਿੱਦਾਂ ਦੇਖਦੇ ਹੋ? ਦੇਖੋ, ਪਤਾ ਸਰਕਾਰ ਨੂੰ ਵੀ ਆ ਇਹ ਕੌਣ ਪਕਾ ਰਹੇ ਨੇ, ਲੇਕਿਨ ਉਹਨਾਂ ਨੂੰ ਫੜਨ ਵਾਲਾ ਨਹੀਂ ਹੈ, ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ। ਮੈਂ ਇੱਕ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜੋ ਕੁਛ ਕਰਨਾ ਕਰੋ, ਲੇਕਿਨ ਪੰਜਾਬ ਦੀ ਜਵਾਨੀ ਨੂੰ ਬਰਬਾਦ ਨਾ ਕਰੋ। ਅੱਜ ਤਾਂ ਛੋਟੇ ਛੋਟੇ ਬੱਚੇ ਵੀ ਉਹ ਪਾਊਚ ਫੜ ਫੜ ਕੇ ਇੱਕ ਵਾਰੀ ਉਹ ਪਾਊਚ ਨੂੰ ਫੜਦੇ ਨੇ, ਮੂੰਹ 'ਚ ਪਾ ਕੇ ਤੁਰ ਜਾਂਦੇ ਨੇ। ਸੋ ਇਹ ਜੇ ਪੰਜਾਬ ਦੀ ਬਰਬਾਦੀ ਤਬਾਹ ਹੋ ਗਈ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਬਣੂਗਾ ਕੀ? ਇਹ ਪੰਜਾਬ ਦਾ ਫਿਊਚਰ ਖਰਾਬ ਕਰ ਰਹੇ ਨੇ। ਕਾਂਗਰਸ ਵਾਲੇ ਤਾਂ ਸਿੱਧਾ ਐਲੀਗੇਸ਼ਨ ਤੁਹਾਡੇ 'ਤੇ ਲਗਾਉਂਦੇ ਨੇ ਕਿ ਜਿਹੜੇ ਪੰਜਾਬ ਇਹ ਨਸ਼ਿਆਂ ਦੀ ਦੇਣ ਆ, ਅਕਾਲੀ ਦਲ ਦੀ ਦੇਣ ਹੈ, ਅਤੇ ਇਹ ਅਕਾਲੀ ਰਾਜ ਦੇ ਵਿੱਚ ਪ੍ਰਫੁੱਲਿਤ ਹੋਏ ਆ ਸਾਰੇ ਨਸ਼ੇ। ਦੇਖੋ, ਅੱਜ ਉਹ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਆਪਣੇ ਆਪ ਨੂੰ ਦੇਵਤੇ ਸਮਝ ਰਹੇ ਨੇ, ਸੱਤਾ ਦੇ ਨਸ਼ੇ ਦੇ ਵਿੱਚ ਆ ਕੇ। ਇਹਨਾਂ 2 ਸਾਲ ਤੋਂ ਬਾਅਦ ਪਤਾ ਲੱਗੂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2022 'ਚ ਦੱਬ ਕੇ ਬਣੂ, ਫਿਰ ਲੋਕ ਪੁੱਛਣਗੇ ਵੀ ਕਿਹਨੇ ਨਸ਼ਾ ਪਕਾਇਆ। ਸੋ ਇਹ ਤਾਂ ਲੋਕਾਂ ਨੇ ਇਹਦਾ ਫੈਸਲਾ ਕਰਨਾ ਕਿ ਕੌਣ ਚੰਗਾ ਅਤੇ ਕੌਣ ਮਾੜਾ। ਆਉਣ ਆ ਜਾਣੀ ਇਲੈਕਸ਼ਨ, ਆ ਸਾਡੇ ਦਾਖੇ ਹਲਕੇ 'ਚ ਵੀ ਬਥੇਰਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ, ਦੱਬ ਕੇ ਜਿੱਤੇ ਹਾਂ। ਸੋ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ, ਕੋਈ ਉਹਨਾਂ ਨੇ ਫੈਸਲਾ ਨਹੀਂ ਕਰਨਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਪਰਮਿੰਦਰ ਢੀਂਡਸੇ ਦੇ ਅਸਤੀਫੇ ਤੋਂ ਬਾਅਦ
ਤੁਹਾਡੀ ਨਿਯੁਕਤੀ ਕੀਤੀ ਗਈ ਹੈ। ਲਗਾਤਾਰ ਅਕਾਲੀ ਆਗੂਆਂ ਵੱਲੋਂ ਪਾਰਟੀ ਨੂੰ ਝਟਕੇ ਦਿੱਤੇ ਜਾਂਦੇ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਜਿਹੜੇ ਟਕਸਾਲੀ ਆਗੂ ਲਗਾਤਾਰ ਛੱਡਦੇ ਜਾ ਰਹੇ ਪਾਰਟੀ ਨੂੰ, ਪਾਰਟੀ ਦਾ ਗ੍ਰਾਫ ਲਗਾਤਾਰ ਨੀਚੇ ਗਿਰਦਾ ਰਹਿ ਰਿਹਾ, ਉਸ ਨੂੰ ਕਿਸ ਤਰ੍ਹਾਂ ਚੱਕੋਗੇ ਤੁਸੀਂ? ਦੇਖੋ, ਜਿਹੜੀ ਤੁਸੀਂ ਵੀ ਗੱਲ ਕਰਦੇ ਹੋ ਲਗਾਤਾਰ ਵਾਲੀ ਕੋਈ ਗੱਲ ਨਹੀਂ, ਇਹ ਤਾਂ ਜੋ ਸਾਲ ਪਹਿਲਾਂ ਜਿਹਨਾਂ ਜਿਹੜੇ ਪਰਿਵਾਰਾਂ ਨੇ ਪਾਰਟੀਆਂ ਛੱਡੀਆਂ ਸੀ, ਇਹ ਉਹੀ ਪਰਿਵਾਰ ਹੁਣ ਨੇ, ਇਹ ਕੋਈ ਨਵਾਂ ਤਾਂ ਹੈ ਨਹੀਂ। ਪਰਮਿੰਦਰ ਸਿੰਘ ਢੀਂਡਸਾ ਤਾਂ ਦਿਲੋਂ ਅਸਤੀਫਾ ਦੇਣਾ ਨਹੀਂ ਸੀ ਚਾਹੁੰਦਾ, ਉਹ ਤਾਂ ਬੜੀ ਦੇਰ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਸੀ, ਲੇਕਿਨ ਮੈਂ ਸਮਝਦਾ ਅੱਜ ਉਹਨਾਂ ਦੇ ਪਿਤਾ ਜੀ ਨੇ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਅਸਤੀਫਾ ਦਵਾਤਾ, ਲੇਕਿਨ ਦਿਲੋਂ ਨਹੀਂ ਸੀ ਜਾਣਾ ਚਾਹੁੰਦਾ। ਸੋ ਇਹ ਕੋਈ ਵੀ ਬੰਦਾ ਜਦੋਂ ਪਾਰਟੀ ਨਾਲ ਟੁੱਟਦਾ ਉਹਦਾ ਨੁਕਸਾਨ ਹੁੰਦਾ। ਪਾਰਟੀ ਸਮੁੰਦਰ ਹੈ, ਪਾਰਟੀ 'ਚ ਪਾਰਟੀਆਂ ਲੋਕ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ। ਤੁਸੀਂ ਕਾਂਗਰਸ ਦਾ ਵੀ ਹਾਲ ਦੇਖ ਲਓ, ਚਾਹੇ ਅਕਾਲੀ ਦਲ ਦਾ ਹਾਲ ਦੇਖ ਲਓ, ਚਾਹੇ ਬੀਜੇਪੀ ਦਾ ਹਾਲ ਦੇਖ ਲਓ, ਬੰਦੇ ਬੜੇ ਗਏ ਨੇ, ਬੜੇ ਆਏ ਨੇ, ਇਹ ਤਾਂ ਆਉਂਦੀ ਜਾਂਦੀ ਚੀਜ਼ਾਂ ਨੇ, ਇਹਦੇ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਅੱਜ ਤਾਂ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵਧੀਆ ਕਿਸਮ ਦੀ ਹਨੇਰੀ ਚੱਲ ਰਹੀ ਆ, ਤੁਸੀਂ ਸਾਰੇ ਪੱਤਰਕਾਰ ਵੀ ਆ ਕੇ ਲੁਕ ਛਿਪ ਕੇ ਆ ਕੇ ਦੱਸਦੇ ਹੋ ਜੀ ਪਾਰਟੀ ਤੁਹਾਡੀ ਚੜ੍ਹਦੀ ਕਲਾ 'ਚ ਜਾ ਰਹੀ ਹੈ। ਸੋ ਮੈਂ ਸਮਝਦਾ ਇਹਦੇ ਨਾਲ ਪਾਰਟੀ ਦੱਬ ਕੇ ਮਜ਼ਬੂਤ ਹੋ ਰਹੀ ਹੈ, ਪਾਰਟੀ ਦੇ ਵਿੱਚੋਂ ਕਿਸੇ ਕਿਸਮ ਦੀ ਕੋਈ ਕਿਸ ਕਿਸਮ ਦੀ ਕੋਈ ਨਾ ਤਾਂ ਸਾਨੂੰ ਘਬਰਾਉਣ ਦੀ ਲੋੜ ਹੈ, ਨਾ ਸਾਨੂੰ ਕਿਸੇ ਕਿਸਮ ਦੀ ਹੋਰ ਕਿਸੇ ਡਰਨ ਦੀ ਲੋੜ ਹੈ। ਪਾਰਟੀ ਬੜੀ ਤੇਜ਼ੀ ਨਾਲ ਸੁਖਬੀਰ ਸਿੰਘ ਬਾਦਲ ਦੀ ਰਹਿਨਮੇ ਥੱਲੇ ਅੱਗੇ ਨੂੰ ਚੱਲ ਰਹੀ ਹੈ। ਵਿਰੋਧੀ ਲਗਾਤਾਰ ਚੁਟਕੀਆਂ ਤੁਹਾਡੇ ਪਾਰਟੀ ਦੇ ਉੱਤੇ ਕਾਰਗੁਜ਼ਾਰੀ ਦੇ ਉੱਤੇ ਲੈ ਰਹੇ ਨੇ, ਕਾਂਗਰਸ ਵਾਲੇ ਕਹਿੰਦੇ ਨੇ ਕਿ ਪਾਰਟੀ ਖੇਰੂ ਖੇਰੂ ਹੋ ਰਹੀ ਹੈ ਅਕਾਲੀ ਦਲ, ਭਗਵੰਤ ਮਾਨ ਕਹਿੰਦੇ ਨੇ ਕਿ 1920 ਦੇ ਵਿੱਚ ਪਾਰਟੀ ਸ਼ੁਰੂ ਹੋਈ, 2020 ਦੇ ਵਿੱਚ ਪਾਰਟੀ ਦਾ ਖਾਤਮਾ ਹੋ ਜਾਏਗਾ। ਭਗਵੰਤ ਮਾਨ ਇੱਦਾਂ ਦੀ ਸਟੇਟਮੈਂਟਾਂ ਦਿੰਦੇ, ਆਪਣੇ ਚੁਟਕਲੇ ਸੁਣਾਉਣੇ ਆ, ਉਹਨੇ ਚੁਟਕਲੇ ਸੁਣਾਉਣੇ, ਤਾਂ ਕੋਈ ਚੁਟਕਲਿਆਂ ਤੋਂ ਬਿਨਾਂ ਕੁਛ ਨਹੀਂ ਹੈ। ਉਹ ਆਪ ਪੁੱਛੇ ਕਿ ਉਹਦੀ ਪਾਰਟੀ ਦਾ ਕੀ ਹਾਲ ਆ, ਉਹਦੀ ਪਾਰਟੀ ਦਾ ਕੀ ਹਾਲ ਆ। ਸਾਡੇ ਤਾਂ ਇੱਕੋ MLA ਗਿਆ ਨਾ, ਉਹਦੀ ਪਾਰਟੀ ਦਾ ਕੀ ਹਾਲ ਆ, ਉਹਦੀ ਪਾਰਟੀ ਤਾਂ ਖੇਰੂ ਖੇਰੂ ਹੋਈ ਪਈ ਆ। ਆਪ ਹਾਈ ਕੋਰਟਾਂ ਦੇ ਵੀ ਜਾਂਦੇ ਨੇ ਕਿ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢੋ, ਇਹਨੂੰ ਫਲਾਨਾ ਕਰੋ, ਇਹਦੀ ਮੈਂਬਰਸ਼ਿਪ ਖਤਮ ਕਰੋ। ਸੋ ਉਹਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਸਾਨੂੰ ਇਹੋ ਜਿਹੀਆਂ ਗੱਲਾਂ 'ਚ ਅਸੀਂ ਨਾ ਇਹੋ ਜਿਹੇ ਲੋਕਾਂ ਦਾ ਜਵਾਬ ਦੇਣਾ ਚਾਹੁੰਦੇ ਹਾਂ। ਅਸੀਂ ਸਾਡੀ ਪਾਰਟੀ ਬੜੀ ਮਜ਼ਬੂਤ ਆ, ਤਕੜੇ ਹੋ ਕੇ ਹੁਣ ਅਸੀਂ ਲੋਕਾਂ ਦੀ ਆਵਾਜ਼ ਸੀ ਕਿ ਤੁਸੀਂ ਜ਼ਿਲ੍ਹਿਆਂ 'ਚ ਕਾਨਫਰੰਸਾਂ ਕਰੋ, ਅਸੀਂ ਜ਼ਿਲ੍ਹੇ ਵਾਰ ਕਾਨਫਰੰਸਾਂ ਕਰਨ ਜਾ ਰਹੇ ਹਾਂ। ਸਾਡੀ ਕਾਨਫਰੰਸ 15-15 20-20 ਹਜ਼ਾਰ ਦੇ ਇਕੱਠ ਹੋ ਰਹੇ ਨੇ, ਜੇ ਲੋਕ ਸਾਡੇ ਨਾਲ ਨੇ ਤਾਂ ਹੀ ਇਕੱਠ ਹੋ ਰਹੇ ਨੇ। ਇੱਕ ਲਾਸਟ ਕੁਐਸਚਨ ਆ, ਹੁਣ ਪਾਰਟੀ ਨੇ ਤੁਹਾਨੂੰ ਵਿਧਾਨ ਸਭਾ 'ਚ ਉਪ ਨੇਤਾ ਬਣਾਤਾ ਪਾਰਟੀ ਦਾ, ਕਿਸ ਤਰ੍ਹਾਂ ਦੇਖਦੇ ਹੋ ਉਸ ਪਾਰਟੀ ਦੀ ਅਗਵਾਈ ਕਰ ਰਹੇ ਹੋ ਤੁਸੀਂ ਵਿਧਾਨ ਸਭਾ 'ਚ, ਜਿਹਦੇ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਵਰਗੇ ਲੀਡਰ ਵਿਧਾਨ ਸਭਾ 'ਚ, ਉਹਨਾਂ ਸਾਰਿਆਂ ਦੀ ਅਗਵਾਈ ਤੁਸੀਂ ਵਿਧਾਨ ਸਭਾ 'ਚ ਕਰੋਗੇ, ਕਿਸ ਤਰ੍ਹਾਂ ਦੀ ਸਟ੍ਰੈਟਜੀ ਰਹੇਗੀ ਤੁਹਾਡੀ? ਦੇਖੋ, ਸਾਰੇ MLA ਮੇਰੇ ਭਰਾ ਨੇ, ਮੈਂ ਆਪਣੇ ਭਰਾਵਾਂ ਦੀ ਜੋ ਉਹ ਜਿਸ ਕਿਸਮ ਦੀ ਨੀਤੀ ਬਣਾਉਣਗੇ, ਰਲ ਮਿਲ ਕੇ ਅਸੀਂ ਜਿਹੜੀ ਨੀਤੀ ਸਾਡੀ ਬਣੂਗੀ ਉਹਦੇ ਮੁਤਾਬਕ ਅਸੀਂ ਵਿਧਾਨ ਸਭਾ 'ਚ ਚੱਲਾਂਗੇ। ਜਿਹੜੇ ਪੰਜਾਬ ਦੇ ਭਖਦੇ ਮਸਲੇ ਨੇ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਤਰਜੀਹ ਦੇਵਾਂਗੇ, ਅਸੀਂ ਵਿਧਾਨ ਸਭਾ 'ਚ ਉਠਾਈਏ ਜੀ। ਬਿਲਕੁਲ, ਆ ਸੀਗੇ ਸ਼ਰਨਜੀਤ ਸਿੰਘ ਢਿੱਲੋਂ, ਜਿਨ੍ਹਾਂ ਦਾ ਸਾਫ਼ ਕਹਿਣਾ ਕਿ ਪਾਰਟੀ ਵੱਲੋਂ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਨਿਭਾਈ ਗਈ ਹੈ ਉਹ ਤਨਦੇਹੀ ਨਾਲ ਉਸ ਨੂੰ ਨਿਭਾਉਣਗੇ, ਅਤੇ ਪੰਜਾਬ ਦੇ ਜਿਹੜੇ ਭਖਦੇ ਮਸਲੇ ਨੇ ਉਹਨਾਂ ਨੂੰ ਵਿਧਾਨ ਸਭਾ 'ਚ ਉਠਾ ਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜਿੱਤਣ ਦੀ ਕੋਸ਼ਿਸ਼ ਕਰਨਗੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ TV ਲੁਧਿਆਣਾ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।